अज जिहड़ी बहुत सारी इनफॉर्मेशन्स आ रही हैं, बहुत सारी वीडियोज़ आ रही हैं, बहुत सारे मैसेजेस आ रहे हैं, बहुत जिते कि बच्चे गुहार लगा रहे हैं गवर्नमेंट्स नूं, बच्चे गुहार लगा रहे हैं कंसलेंट दे ऑफिसेज़ दे विच जाके कि जिहड़े कह रहे हैं कि सारे नाल ठगी होगी। साडे वर्गे कई सही बंदे ने जिहड़े बच्चे नूं कह देंदे भाई तेरा काम नहीं हो सकदा, तेरे बैंड घट ने जी, उन्होंने सानू छड़ देना ते किसी होर कोल जाके पैसे दे देने। फिर तुसीं कहिंदे हो कि बच्चे किते ना किते आप जाके फस रहे ने एजेंट, आप जाके फस रहे ने। असीं एक कैंपेन चलाई सी हैगी आ जिहदे च असीं अवेयर करना चाहुंदे आ सारे पंजाब दी पब्लिक नूं कि आपां किद्दां किद्दां इह फ्रॉड एजेंट्स तों किवें बचीए। कि पंजाब दे जिन्ने भी ज़िले ने हरेक ज़िले दे डीसी साहब दी एक वैबसाइट है, उस वैबसाइट दे उत्ते लाइसेंस जिन्ने कंसल्टेंट्स ने उस ज़िले दे उन्हां दा पूरा वेरवा, उन्हां दी पूरी डिटेल आ। ਸੁਣਨ ਚਾਹਿਆ ਸੀ ਤੁਸੀਂ ਕੋਈ ਪੋਸਟਰ ਲਾਂਚ ਕੀਤਾ ਜਿਹਨੂੰ ਕਿ ਅਗਰ ਬੱਚਾ ਫੋਲੋ ਕਰ ਲੇ ਤੇ ਕਾਫੀ ਹੱਦ ਤੱਕ ਉਹ ਬੱਚਾ ਠੱਗੀ ਤੋਂ ਸ਼ਿਕਾਰ ਹੋਣ ਤੋਂ ਬਚ ਸਕਦਾ। ਬੱਚੇ ਪੈਸੇ ਚੱਕਦੇ ਆ ਤੇ ਲਿਆ ਕੇ ਕੰਸਲਟੈਂਟ ਨੂੰ ਕਹਿੰਦੇ ਜੀ ਆ ਫੜੋ ਥੈਲੀ ਤੇ ਮੈਨੂੰ ਮੇਰੀ ਫੀਸ ਜਮ੍ਹਾਂ ਕਰਾ ਦਿਓ। ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਕੋਈ ਵੀ ਥਰਡ ਪਰਸਨ ਤੁਹਾਡੀ ਟਿਊਸ਼ਨ ਫੀਸ ਪੇ ਨਹੀਂ ਕਰ ਸਕਦਾ, ਇਹ RBI ਦੀ ਗਾਈਡਲਾਈਨਸ ਹੈ। ਜਿਹੜਾ ਕੰਸਲਟੈਂਟ ਹੈਗਾ ਉਹਨੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਆਪਣੇ ਤਜਰਬੇ ਦੇ ਨਾਲ ਉਹ ਫਾਈਲਸ ਜਿਹੜੀ ਆ ਤਿਆਰ ਕਰਕੇ ਵੀਜ਼ਾ ਆਫੀਸਰ ਨੂੰ ਦੇਣੀ ਆ। ਵੀਜ਼ਾ ਦੇਣਾ ਨਾ ਦੇਣਾ ਇਹ ਵੀਜ਼ਾ ਆਫੀਸਰ ਦੀ ਮਰਜ਼ੀ। ਪੈਕੇਜ ਡੀਲ, ਹਾਂ ਇਹ ਕੀ ਚੀਜ਼ ਹੈ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਪੈਕੇਜ ਡੀਲ ਕੀ ਚੀਜ਼ ਹੈ। ਬਹੁਤ ਸਾਰੇ ਕੰਸਲਟੈਂਟਸ ਮੈਂ ਔਨਲਾਈਨ ਦੇਖਦਾ ਉਹ ਵੀਜ਼ਾ ਦੀ ਗਾਰੰਟੀ ਦੇਣ ਦੀ ਕੋਸ਼ਿਸ਼ ਕਰਦੇ ਨੇ, ਬਹੁਤ ਸਾਰੀਆਂ ਕਮਿਟਮੈਂਟਸ ਕਰਦੇ ਨੇ। ਕਿਆ ਬੈਨੀਪਾਲ ਜੀ ਇਹਨਾਂ ਦਾ ਕੋਈ ਰਿਸ਼ਤੇਦਾਰ ਵੀਜ਼ਾ ਆਫੀਸਰ ਲੱਗਾ ਹੋਇਆ? ਬਲੈਕ ਸ਼ੀਪ ਜਿਹੜੇ ਨੇ ਉਹ ਹਰੇਕ ਕਿੱਤੇ 'ਚ ਹੁੰਦੇ ਨੇ, ਸਾਡੇ ਵੀ ਹੈਗੇ ਨੇ। ਇਹਨਾਂ ਕਿਤੇ ਇੱਕ ਚੀਜ਼ ਦੱਸੋ ਸਰ, ਅੱਜ ਦੀ ਡੇਟ ਦੇ ਵਿੱਚ ਜੋ ਦੌਰ ਚੱਲ ਰਿਹਾ, ਮੇਰੇ ਕੋਈ ਰਿਸ਼ਤੇਦਾਰ 10,000 ਰੁਪਇਆ ਮੰਗ ਲਏ, ਮੈਂ 10,000 ਨਹੀਂ ਦੇ ਸਕਦਾ, ਪਰ ਮੈਂ ਕਿਤੇ ਕਿਸੇ ਅਣਜਾਣ ਬੰਦੇ ਨੂੰ ਜਿਹਨੂੰ ਮੈਂ ਜਾਣਦਾ ਹੀ ਨਹੀਂ ਹੈ ਉਹਦੇ 'ਤੇ ਮੈਂ ਲੱਖਾਂ ਰੁਪਇਆ ਇਨਵੈਸਟ ਕਰਨ ਲਈ ਤਿਆਰ ਹੋਊਗਾ? ਕਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਚੀਜ਼ ਹੈ, ਕੋਈ ਫਿਸ਼ੀ ਹੈ, ਸਮਥਿੰਗ ਫਿਸ਼ੀ? ਇਹ ਸਮਥਿੰਗ ਫਿਸ਼ੀ ਕੀ ਹੈ, ਪੂਰੀ ਜਿਹੜੀ ਕੀ ਕਹਿੰਦੇ ਦਾਲ ਮੈਂ ਕੁਛ ਕਾਲਾ ਨਹੀਂ ਹੈ, ਦਾਲ ਹੀ ਕਾਲੀ ਹੈ। ਸਾਡੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਲਾਇਸੈਂਸਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਦੀ। ਓਕੇ, ਇਹ ਜਿਹੜੀ ਕੈਂਪੇਨ ਹੈਗੀ ਹੈ ਇਹ ADGP NRI ਨੇ, ਉਹਨਾਂ ਨੇ ਸਾਨੂੰ ਇਹ ਸੁਜੈਸ਼ਨ ਦਿੱਤੀ ਕਿ ਤੁਸੀਂ ਸਾਡੇ ਵਾਸਤੇ ਇਹ ਕਰੋ।